ਇਤਿਹਾਸ ਕੀ ਹੈ ਇਤਿਹਾਸ ਦੇ ਪੰਨਿਆਂ ਨੂੰ ਫੁਰੋਲਣ ਤੋਂ ਪਹਿਲਾਂ ਜੇ ਕਦੇ ਆਪਾਂ ਇਤਿਹਾਸ ਬਾਰੇ ਜਾਣੀਏ ਨਾ ਇਤਿਹਾਸ ਇੱਕ ਬਹੁਤ ਵੱਡਮੁੱਲੀ ਦਾਤ ਹੈ ਇਤਿਹਾਸ ਅੰਦਰ ਦੋ ਚੀਜ਼ਾਂ ਅਕਸਰ ਆਉਂਦੀਆਂ ਨੇ ਇੱਕ ਹੈ ਸਾਹਿਤ ਇੱਕ ਹੈ ਇਤਿਹਾਸ ਤੇ ਇਹ ਵਿਦਵਾਨਾਂ ਨੇ ਵੀ ਮੰਨਿਆ ਵੀ ਇਤਿਹਾਸ ਵਿੱਚ ਬੋਲੀ ਵੀ ਆਉਂਦੀ ਹੈ ਹਾਂ ਇਹ ਗੱਲ ਸੱਚ ਹੈ ਜੇ ਇਤਿਹਾਸ ਵਿੱਚ ਬੋਲੀ ਹੈ ਤੇ ਸਿੱਖ ਕੌਮ ਦੇ ਮਹਾਨ ਉਹ ਕੌਮਾਂ ਜਿਹੜੀਆਂ ਆਪਣੇ ਸਾਹਿਤ ਤੇ ਆਪਣੀ ਬੋਲੀ ਤੇ ਆਪਣੇ ਇਤਿਹਾਸ ਨੂੰ ਜਿਉਂਦਿਆਂ ਰੱਖਣ ਵਾਸਤੇ ਉਹਨਾਂ ਨੇ ਆਪਣਾ ਖੂਨ ਤੇ ਪਸੀਨਾ ਵਹਾਇਆ ਹੁੰਦਾ ਹੈ ਉਹ ਚਾਹੁੰਦੇ ਨੇ ਸਦਾ ਵਾਸਤੇ ਇਤਿਹਾਸ ਤੇ ਬੋਲੀ ਤੇ ਸਾਹਿਤ ਸਦਾ ਵਾਸਤੇ ਕਾਇਮ ਰਹੇ ਉਹ ਇਸ ਦੇ ਉਪਰਾਲੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਦਮ ਕਰਦੇ ਨੇ ਸੱਚ ਹੈ ਇਤਿਹਾਸ ਨੂੰ ਬਣਾਉਣ ਵਾਸਤੇ ਜਿਵੇਂ ਇੱਕ ਹੀਰਾ ਖਾਨ ਦੇ ਵਿੱਚ ਹੁੰਦਾ ਹੈ ਨਾ ਪਰ ਉਹ ਖਨਵਾਰਾ ਵੀਰ ਉਹਨੂੰ ਚੰਗੀ ਤਰ੍ਹਾਂ ਉਹਦੀਆਂ ਨੁਕਰਾਂ ਤਰਾਸ਼ ਕੇ ਉਹਦੇ ਪਾਸੇ ਤਰਾਸ਼ ਕੇ ਉਹਨੂੰ ਕੀਮਤੀ ਕਰਨ ਦਾ ਸਾਫ ਕਰਕੇ ਇਦਾਂ ਹੀ ਕਲਮ ਦੇ ਧਨੀ ਬੰਦੇ ਸੱਚ ਤੇ ਸਿਆਣੇ ਤੇ ਵਿਦਵਾਨ ਤੇ ਸੂਝਵਾਨ ਲੋਕ ਜਿਹੜੇ ਇਤਿਹਾਸ ਨੂੰ ਸ਼ਿੰਗਾਰ ਕੇ ਤੇ ਵਿਚਾਰ ਦੇ ਅਧੀਨ ਸ਼ਿੰਗਾਰ ਕੇ ਇਸ ਤਰੀਕੇ ਨਾਲ ਕਰ ਦਿੰਦੇ ਨੇ ਕਿ ਉਹ ਇਤਿਹਾਸ ਦੁਨੀਆ ਵਾਸਤੇ ਇੱਕ ਮਿਸਾਲ ਬਣ ਜਾਂਦਾ ਹੈ ਦੁਨੀਆ ਵਾਸਤੇ ਇੱਕ ਸੱਚ ਦੀ ਵਿਚਾਰ ਬਣ ਜਾਂਦਾ ਹੈ ਪਰ ਸੱਚ ਇਤਿਹਾਸ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਦੋ ਲੋਕਾਂ ਦਾ ਹੁੰਦਾ ਹੈ ਇਤਿਹਾਸ ਜਿੱਤੇ ਹੋਏ ਲੋਕਾਂ ਦਾ ਵੀ ਹੈ ਇਤਿਹਾਸ ਹਾਰੇ ਹੋਏ ਲੋਕਾਂ ਦਾ ਵੀ ਹੈ ਇਤਿਹਾਸ ਧਰਮੀ ਲੋਕਾਂ ਦਾ ਵੀ ਹੈ ਇਤਿਹਾਸ ਕੁਕਰਮੀ ਲੋਕਾਂ ਦਾ ਵੀ ਹੈ ਉਹਨਾਂ ਲੋਕਾਂ ਨੇ ਇਤਿਹਾਸ ਵੀ ਬਣਾਇਆ ਜਿਨ੍ਹਾਂ ਨੇ ਲੁੱਟਾਂ ਤੇ ਖੋਹਾਂ ਕੀਤੀਆਂ ਉਹਨਾਂ ਲੋਕਾਂ ਨੇ ਇਤਿਹਾਸ ਵੀ ਬਣਾਇਆ ਜਿਨ੍ਹਾਂ ਨੇ ਉਹਨਾਂ ਦੇ ਹੱਕ ਦਿਵਾਏ ਜਿਨ੍ਹਾਂ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਦੁਨੀਆ ਵਿੱਚ ਐਸੇ ਬੇਅੰਤ ਇਤਿਹਾਸ ਨੇ ਬੇਅੰਤ ਕੌਮਾਂ ਨੇ ਪਰ ਸੱਚ ਹੈ ਇਹਨਾਂ ਵਿੱਚੋਂ ਇੱਕ ਸਿੱਖ ਕੌਮ ਹੈ ਸਿੱਖ ਕੌਮ ਬਹਾਦਰਾਂ ਯੋਧਿਆਂ ਦੀ ਕੌਮ ਹੈ ਜਿਹੜੀ ਬਹਾਦਰਾਂ ਯੋਧਿਆਂ ਦੀ ਕੌਮ ਨੇ ਆਪਾ ਵਾਰ ਕੇ ਸਿੱਖ ਕੌਮ ਅੰਦਰ ਏਡੀ ਉੱਚੀ ਵਿਚਾਰਧਾਰਾ ਨੂੰ ਉੱਚੀਆਂ ਕੀਤਾ ਹੈ ਨਾ ਇਸ ਕੌਮ ਨੇ ਆਪਾ ਵਾਰਿਆ ਇਹਨੇ ਤਾਂ ਆਪਣੇ ਬੱਚੇ ਵੀ ਨਹੀਂ ਛੱਡੇ ਇਹਨੇ ਤਾਂ ਆਪਣੇ ਬੱਚੇ ਵੀ ਵਾਰ ਕੇ ਇਸ ਸਾਹਿਤ ਨੂੰ ਇਤਿਹਾਸ ਨੂੰ ਤੇ ਬੋਲੀ ਨੂੰ ਜਿਉਂਦਾ ਰੱਖਿਆ ਇਸ ਸਿੱਖ ਕੌਮ ਦੇ ਵਿੱਚ ਐਸੇ ਵਿਦਵਾਨ ਵਿਚਾਰਵਾਨ ਸੂਝਵਾਨ ਤੇ ਵੱਡੇ ਵਿਦਵਾਨ ਹੋਏ ਮਹਾਨ ਯੋਧੇ ਹੋਏ ਜਿਨ੍ਹਾਂ ਨੇ ਇਤਿਹਾਸ ਨੂੰ ਜਿਉਂਦਿਆਂ ਰੱਖਣ ਵਾਸਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰ ਕਰਕੇ ਆਪਣੇ ਕੌਮ ਨੂੰ ਇਕ ਸੁਰਖਰੂ ਕਰਨ ਵਾਸਤੇ ਜਾਗਰੂ ਕਰਨ ਵਾਸਤੇ ਉਦਮ ਕੀਤਾ ਬੜੇ ਵਿਦਵਾਨ ਐਸੇ ਹੋਏ ਨੇ ਜਿਨ੍ਹਾਂ ਨੇ ਇਤਿਹਾਸ ਦੀਆਂ ਬੜੀਆਂ ਖੋਜਾਂ ਕੀਤੀਆਂ ਸੱਚ ਸੀ ਇਤਿਹਾਸ ਵਾਸਤੇ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਇੱਕ ਹੈ ਘਟਨਾ ਇੱਕ ਹੈ ਸਮਾਂ ਜੇ ਇਹ ਘਟਨਾ ਤੇ ਸਮਾਂ ਨਾ ਹੋਵੇ ਤਾਂ ਇਤਿਹਾਸ ਨਹੀਂ ਕਿਹਾ ਜਾ ਸਕਦਾ ਇੱਕ ਪਾਸੇ ਅਸੀਂ ਸ਼ਬਦ ਵਰਤਿਆਂ ਕਹਾਣੀ ਕਹਾਣੀ ਦਾ ਅਰਥ ਹੈ ਕਹਾਣੀ ਜਿਹੜੀ ਪਤਾ ਨਹੀਂ ਕਹੀ ਵੀ ਹੈ ਕਿ ਨਹੀਂ ਜਿਦਾ ਕੋਈ ਪਾਤਰ ਦਾ ਕੋਈ ਨਾਂ ਤੇ ਉਹਦਾ ਸਮਾਂ ਨਹੀਂ ਹੈਗਾ ਦੂਜੀ ਗੱਲ ਇਤਿਹਾਸ ਦਾ ਜੇ ਕਿਤੇ ਜ਼ਿਕਰ ਪੜਿਓ ਨਾ ਮਹਾਨ ਕੋਸ਼ ਅੰਦਰ ਭਾਈ ਕਾਨ ਸਿੰਘ ਨਾਭਾ ਨੇ 286 ਪੰਨੇ ਤੇ ਜ਼ਿਕਰ ਕੀਤਾ ਹੈ ਵੀ ਇਤਿਹਾਸ ਕੀ ਹੈ ਕਹਿੰਦੇ ਇਤਿਹਾਸ ਤੋਂ ਪਾਵ ਹੈ ਇਤਿਹਾਸ ਇਹ ਕਦੇ ਹੋਇਆ ਸੀ ਇਹ ਘਟਨਾ ਕਦੇ ਹੋਈ ਸੀ ਇਹ ਮਤਲਬ ਇਹ ਸੱਚ ਹੈ ਇਹ ਹੋਈ ਸੀ ਕਦੇ ਇਹ ਸੱਚ ਹੈ ਤੇ ਇਤਿਹਾਸ ਅੰਦਰ ਘਟਨਾ ਤੇ ਸਮਾਂ ਤੇ ਉਹ ਜ਼ਿਕਰ ਜਰੂਰ ਮਿਲਦਾ ਹੈ ਉਹਨੂੰ ਇਤਿਹਾਸ ਕਿਹਾ ਜਾਂਦਾ ਹੈ ਜਿਹੜਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਸਮੁੱਚੀ ਕੌਮ ਨੇ ਜਿਹੜਾ ਇਤਿਹਾਸ ਤਿਆਰ ਕੀਤਾ ਇਤਿਹਾਸ ਬਣਾਇਆ ਉਸ ਇਤਿਹਾਸ ਨੂੰ ਸਾਡੀ ਕੌਮ ਨੇ ਅੱਜ ਪੜਨਾ ਛੱਡ ਦਿੱਤਾ ਦੂਜੀਆਂ ਕੌਮਾਂ ਸੱਚ ਸੀ ਜਿਹੜੇ ਮਰਹੱਟੇ ਸੀ ਨਾ ਮਰਹੱਟੇ ਉਹ ਅੱਜ ਕਿਉਂ ਕਾਮਯਾਬ ਹੋ ਗਏ ਕਿਉਂਕਿ ਮਰਹੱਟਿਆਂ ਨੇ ਜਿੱਥੋਂ ਅਬਦਾਲੀ ਨੇ ਉਹਨਾਂ ਦੀ ਕੌਮ ਨੂੰ ਮਾਰ-ਮਾਰੀ ਸੀ ਤਕਰੀਬਨ 1761 ਵਿੱਚ ਜਦੋਂ ਉਹਨੇ ਇੱਕ 1 ਲੱਖ ਮਰਹੱਟਾ ਮਾਰਿਆ ਸੀ ਨਾ ਮਰਹੱਟਿਆਂ ਨੇ ਆਪਣੀ ਕੌਮ ਨੂੰ ਬੁਲੰਦ ਕਰਨ ਵਾਸਤੇ ਜਾਂ ਉੱਚਿਆ ਕਰਨ ਵਾਸਤੇ ਕੌਮ ਨੂੰ ਵੱਡਿਆਂ ਕਰਨ ਵਾਸਤੇ ਤਲਵਾਰਾਂ ਮਿਆਣਾ ਚ ਪਾ ਕੇ ਕਲਮਾ ਚੁੱਕ ਲਈਆਂ ਉਹਨਾਂ ਨੇ ਆਪਣੇ ਬੱਚੇ-ਬੱਚੇ ਨੂੰ ਗਿਆਨ ਦਿੱਤਾ ਬੱਚੇ-ਬੱਚੇ ਨੂੰ ਧਰਮ ਦੀ ਵਿਦਿਆ ਦਿੱਤੀ ਬੱਚੇ-ਬੱਚੇ ਨੂੰ ਸਿੱਖਿਆ ਦਿੱਤੀ ਕਿ ਤੁਹਾਡਾ ਇਤਿਹਾਸ ਇਹ ਹੈ ਤੁਸੀਂ ਇਸ ਤਰ੍ਹਾਂ ਜਨਮੇ ਤੁਸੀਂ ਇਹ ਬਹਾਦਰ ਹੋ ਸੱਚ ਸੀ ਉਹਨਾਂ ਦਾ 4 ਸਾਲ ਦਾ ਬੱਚਾ ਵੀ ਇਤਿਹਾਸ ਤੋਂ ਜਾਣੂ ਹੋ ਗਿਆ ਤੇ ਆਪਣੇ ਵਡੇਰਿਆਂ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਿਆ ਤੇ ਸੱਚ ਜਾਣਿਓ ਜਿੱਥੇ ਇਹ ਲੋੜ ਉਹ ਲੋਕ ਕਰਦੇ ਨੇ ਸਾਡੀ ਕੌਮ ਅੰਦਰ ਐਸਾ ਕਿਉਂ ਨਹੀਂ ਹੋ ਰਿਹਾ ਸਾਡੀ ਕੌਮ ਛੋਟੇ-ਛੋਟੇ ਬੱਚਿਆਂ ਨੂੰ ਐਕਟਰਾਂ ਦੇ ਨਾਮ ਹੋਰ ਤਰ੍ਹਾਂ ਤਰ੍ਹਾਂ ਦੇ ਨਾਮ ਯਾਦ ਹੈ ਪਰ ਆਪਣੇ ਮਰਜੀ ਵੜੇ ਇਤਿਹਾਸ ਅੰਦਰ ਕਿੰਨੇ ਸੂਰਮੇ ਹੋਏ ਕਿੰਨੇ ਬਹਾਦਰ ਇੱਕ ਦਿਨਾਂ ਦਾ ਨਾਂ ਹੀ ਨਹੀਂ ਲੈ ਕੇ ਖੁਸ਼ ਹੈਗੇ ਨਾ ਪੁੱਛ ਕੇ ਦੇਖ ਲੋ ਨਾ ਨਹੀਂ ਪਤਾ ਇਸ ਕਰਕੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਏ ਨਾ ਉਹ ਬਹੁਤਾ ਸਮਾਂ ਕੌਮ ਦੁਨੀਆ 'ਚ ਜਿਉਂਦੀ ਨਹੀਂ ਰਿਆ ਕਰਦੀ ਸੱਚ ਸੀ ਇਸ ਕਰਕੇ ਹੀ ਦੁਨੀਆ 'ਚ ਜੇ ਅੱਜ ਸਾਡੀ ਕੌਮ ਕੋਲੋਂ ਹੋਰ ਸਮੇ ਬੜੇ ਨੇ ਸਾਡੀ ਕੌਮ ਕੋਲੋਂ ਟੀਵੀ ਦੇਖਣ ਦਾ ਬਹੁਤ ਸਮਾਂ ਸਾਡੀ ਕੌਮ ਕੋਲ ਗੱਲਾਂ ਕਰਨ ਦਾ ਬਹੁਤ ਸਮਾਂ ਪਰ ਸਾਹਿਤ ਇਤਿਹਾਸ ਨੂੰ ਪੜ੍ਹਨ ਦਾ ਵਿਚਾਰਨ ਦਾ ਸਮਾਂ ਨਹੀਂ ਹੈ ਬਹੁਤ ਸਾਰਾ ਇਤਿਹਾਸ ਹੈ ਐਸਾ ਜਿਹੜਾ ਖੋਜਣ ਦੀ ਲੋੜ ਹੈ ਅੱਜ ਅਸੀਂ ਗੱਲਾਂ ਮਾਰ ਕੇ ਜਾਂ ਹੋਰ ਆਪਣੇ ਸੋਸ਼ਲ ਮੀਡੀਆ ਉੱਤੇ ਸਮਾਂ ਬਤਾ ਕੇ ਇਹ ਸਮਾਂ ਤੇ ਬਰਬਾਦ ਕਰ ਲਿਆ ਪਰ ਸੱਚ ਆਪਣੇ ਸਾਹਿਤ ਤੋਂ ਇਤਿਹਾਸ ਤੋਂ ਇੰਨੇ ਟੁੱਟ ਗਏ ਜੋ ਅਸੀਂ ਇਤਿਹਾਸ ਤੋਂ ਟੁੱਟੇ ਆ ਨਾ ਤੇ ਸਾਡੇ ਟੁੱਟਣ ਦਾ ਫਾਇਦਾ ਉਹਨਾਂ ਲੋਕਾਂ ਨੇ ਲਿਆ ਜਿਨ੍ਹਾਂ ਨੇ ਆਖਿਆ ਚਲੋ ਇੰਜ ਕਰਦੇ ਆ ਜੀ ਇਹਨਾਂ ਦਾ ਇਤਿਹਾਸ ਇਹਨਾਂ ਨੂੰ ਪਤਾ ਨਹੀਂ ਲੱਗਾ ਤੇ ਆਪਣੀਆਂ ਗੱਲਾਂ ਸੁਣਾ ਸੁਣਾ ਕੇ ਮਗਰ ਲਾ ਲਿਓ ਉਹ ਹੋਇਆ ਇਦਾਂ ਹੀ ਉਹਨਾਂ ਨੇ ਜੋ ਸੁਣਾਇਆ ਅਸੀਂ ਸੱਚ ਮੰਨੀ ਬੈਠੇ ਚਾਹੇ ਉਹ ਮਸਤਾਂ ਵਾਲੇ ਆ ਗਏ ਚਾਹੇ ਉਹ ਨਗਾਹੇ ਵਾਲੇ ਆ ਗਏ ਚਾਹੇ ਉਹ ਪੀਰਾਂ ਵਾਲੇ ਆ ਗਏ ਚਾਹੇ ਜਿੱਦਾਂ ਦੇ ਵੀ ਆਏ ਉਹਨਾਂ ਨੇ ਆਪਣੀਆਂ ਕੱਚੀਆਂ ਪਿੱਲੀਆਂ ਸੁਣਾਤੀਆਂ ਤੇ ਮਗਰੋਂ ਅਸੀਂ ਸਾਰੇ ਮਗਰੋਂ ਜੈ ਮਸਤਾਂ ਦੀ ਜੈ ਮਸਤਾਂ ਦੀ ਗਾਉਣ ਲੱਗ ਪਏ ਸੱਚ ਅਸੀਂ ਮਸਤਾਂ ਦੇ ਹੋ ਗਏ ਪਰ ਆਪਣੇ ਗੁਰੂ ਨਾਨਕ ਸਾਹਿਬ ਦੇ ਨਾਲ ਹੋ ਸਕੇ ਕਦੇ ਇਤਿਹਾਸ ਤੇ ਪੜੋ ਉਹਨਾਂ ਮਰਜੀਵੜਿਆਂ ਦਾ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਆਪਾ ਵਾਰਿਆ ਹੈ ਕਦੇ ਉਹਨਾਂ ਤੇ ਮਸਤ ਹੋ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਮੁਤਾਬਕ ਸਤਿਗੁਰੂ ਸਹਿਬ ਨੇ ਆਖਿਆ ਮਸਤ ਉਹ ਨਾ ਹੋ ਜਿਹੜਾ ਮਸਤ ਤੂੰ ਦੁਨੀਆ ਵਿੱਚ ਆ ਨਸ਼ੀਆਂ ਵਾਲਾ ਹੁੰਦਾ ਫਿਰਦਾ ਜਾਂ ਸਲਫੇ ਸੂਟੇ ਪੀਣ ਵਾਲਾ ਮਸਤ ਨਾ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਿਚਾਰ ਦੇ ਕੇ ਆਖਿਆ ਮਸਤ ਹੋਣਾ ਹੈ RAM ਰਸਾਇਣ ਜ਼ੁਰਤ ਹੈ ਨਾਨਕ ਸੱਚ ਅਮਲੀ ਉਹ ਬਣ ਕੇ ਦੇਖ ਵੇਖੀ ਫਿਰ ਤੈਨੂੰ ਪਤਾ ਲੱਗ ਜਾਏਗਾ ਸਾਡੀ ਕੌਮਦਰ ਮਸਤ ਕੌਣ ਹੋਏ ਨੇ ਜਿਨ੍ਹਾਂ ਨੇ ਆਪਾ ਵਾਰਿਆ ਨਾ ਉਹਨਾਂ ਕੋਲ ਬਾਣੀ ਸੀ ਜਿਨ੍ਹਾਂ ਨੇ ਕੌਮ ਨੂੰ ਝੁੰਦਾ ਰੱਖਿਆ ਉਹਨਾਂ ਕੋਲ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਸੀ ਸਿਖਾ ਕਦੇ ਧਿਆਨ ਤਾਂ ਦੇ ਇਸ ਗੱਲ ਬਾਰੇ ਤੂੰ ਅੱਜ ਮਸਤਾਂ ਦਾ ਹੋ ਗਿਆ ਤੂੰ ਡੇਰਿਆਂ ਦਾ ਹੋ ਗਿਆ ਪਰ ਗੁਰਨਾਨਕ ਦਾ ਨਹੀਂ ਹੁੰਦਾ ਸੱਚ ਹੈ ਇਸ ਕਰਕੇ ਇੱਕ ਕੋਸ਼ਿਸ਼ ਕੀਤੀ ਹੈ ਕਿ ਆਪਾਂ ਆਪਣੇ ਉਹਨਾਂ ਬੱਚਿਆਂ ਨੂੰ ਇਤਿਹਾਸ ਬਾਰੇ ਸਾਹਿਤ ਬਾਰੇ ਜਾਣਕਾਰੀ ਦਈਏ ਤੇ ਉਹ ਬੱਚੇ ਸਾਡੇ ਜਿਹੜੇ ਅੱਜ ਮਸਤਾਂ ਦੇ ਡੇਰੇ ਤੇ ਪੀਰਾਂ ਤੇ ਜਾ ਕੇ ਗੱਡੀਆਂ ਮਗਰ ਮਸਤਾਂ ਦੀ ਜੈ ਲਿਖ ਕੇ ਆਪਣੇ ਆਪ ਨੂੰ ਬੜੇ ਫਖਰ ਮਹਿਸੂਸ ਕਰ ਰਹਿਣਾ ਕਦੇ ਯੋਧਿਆਂ ਦਾ ਇਤਿਹਾਸ ਸੁਣਾ ਕੇ ਵਖੋ ਫਖਰ ਮਹਿਸੂਸ ਹੋਏਗਾ ਕਿ ਸਾਡੀ ਕੌਮ ਅੰਦਰ ਸਰਦਾਰ ਦਰਬਾਰਾ ਸਿੰਘ ਕੌਣ ਹੋਇਆ ਹੈ ਸਾਡੀ ਕੌਮ ਅੰਦਰ ਸਰਦਾਰ ਨਵਾਬ ਕਪੂਰ ਸਿੰਘ ਕੌਣ ਹੋਇਆ ਹੈ ਸਾਡੀ ਕੌਮ ਅੰਦਰ ਜੱਸਾ ਸਿੰਘ ਆਲੂ ਵਾਲੀਆ ਕੌਣ ਹੋਇਆ ਹੈ ਸਾਡੀ ਕੌਮ ਦੇ ਅੰਦਰ ਸਰਦਾਰ ਸੁਖਾ ਸਿੰਘ ਕੌਣ ਹੋਇਆ ਹੈ ਸੱਚ ਜੇ ਕਦੇ ਇਨ੍ਹਾਂ ਮਸਤਾਂ ਦਾ ਇਤਿਹਾਸ ਪੜੋਗੇ ਤੁਸੀਂ ਇਨ੍ਹਾਂ ਮਸਤਾਂ ਦੇ ਕਾਇਲ ਹੋ ਜਾਓਗੇ ਜੇ ਤੁਸੀਂ ਉਹ ਹੀ ਸੁਲਫੇ ਸੂਟੇ ਵਾਲਿਆਂ ਦੇ ਮਸਤਾਂ ਦੇ ਕਾਇਲ ਹੋ ਤੇ ਫਿਰ ਉਹੋ ਜੇ ਬਣ ਜਾਓਗੇ ਨਾ ਇਸ ਕਰਕੇ ਉਹਨਾਂ ਮਸਤਾਂ ਦਾ ਪੜੋ ਇਤਿਹਾਸ ਜਿਨ੍ਹਾਂ ਨੇ ਕਦੇ ਚਰਖੜੀਆਂ ਤੇ ਚੜਕੇ ਜਿਨ੍ਹਾਂ ਕਦੇ ਆਰਿਆਂ ਤੇ ਚੜਕੇ ਜਿਨ੍ਹਾਂ ਕਦੇ ਬੰਦ-ਬੰਦ ਕਟਵਾ ਕੇ ਜਿਨ੍ਹਾਂ ਕਦੇ ਖੋਪਰ ਲੋਹਾ ਕੇ ਜਿਨ੍ਹਾਂ ਕਦੇ ਆਪਾ ਆਪ ਵਾਰ ਕੇ ਆਪਣੀ ਸਿੱਖੀ ਨੂੰ ਆਪਣੇ ਵਿਰਸੇ ਨੂੰ ਬਰਕਰਾਰ ਰੱਖਿਆ ਅਸਲੀ ਮਸਤ ਉਹ ਨੇ ਕਦੇ ਪੁੱਛ ਕੇ ਦੇਖੋ ਉਹਨਾਂ ਇਤਿਹਾਸ ਵਾਲਿਆਂ ਨੂੰ ਉਹਨਾਂ ਪਰਿਵਾਰ ਵਾਲਿਆਂ ਨੂੰ ਜਿਨ੍ਹਾਂ ਦੇ ਕੌਮ ਦੇ ਮਰਜੀਵੜੇ ਆਪਾ ਵਾਰ ਕੇ ਇਤਿਹਾਸ ਨੂੰ ਜਿਉਂਦਾ ਕਰਦੇ ਗਏ ਇਸ ਕਰਕੇ ਅੱਜ ਤੁਸੀਂ ਦੇਖੋ ਆਮ ਖਬਰਾਂ ਮਿਲਦੀਆਂ ਫਲਾਣਾ ਸਿੱਖ ਪਤਿਤ ਹੋ ਗਿਆ ਜੀ ਫਲਾਣੇ ਦੇ ਘਰ ਦੇ ਲੋਕ ਸਿੱਖੀ ਤੋਂ ਦੂਰ ਹੋ ਗਏ ਲੋਕ ਖਬਰਾਂ ਦੇਣ ਲੱਗ ਪਏ ਸੱਚ ਲੋਕ ਗਾਤਰੇ ਵੱਡ-ਵੱਡ ਕੇ ਆਪਣੀਆਂ ਫੋਟੋਆਂ ਲਾਹੋਣ ਲੱਗ ਪਏ ਕਿ ਅਸੀਂ ਤਾਂ ਜੀ ਸਿੱਖੀ ਨੇ ਸਾਨੂੰ ਕੀ ਦਿੱਤਾ ਇਹ ਸਿੱਖੀ ਨਾਲ ਸਾਡਾ ਨਿਸ਼ਤਾ ਟੁੱਟ ਗਿਆ ਉਹ ਫੋਟੋਆਂ ਲਵਾਉਣ ਲੱਗ ਪਏ ਐਦਾਂ ਦੇ ਲੋਕ ਸਨ ਜਿਹੜੇ ਕਹਿੰਦੇ ਆਪਾਂ ਸਿੱਖੀ ਤੋਂ ਟੁੱਟ ਗਏ ਟੁੱਟਣ ਦਾ ਕਾਰਨ ਇੱਕੋ ਹੀ ਹੋਇਆ ਸਾਡੀ ਕੌਮ ਇਤਿਹਾਸ ਭੁੱਲ ਗਈ ਸਾਡੀ ਕੌਮ ਕੋ ਇਤਿਹਾਸ ਨਿਕਲ ਗਿਆ ਜੇ ਸਾਡੀ ਕੌਮ ਕੋ ਇਤਿਹਾਸ ਹੁੰਦਾ ਤੇ ਸੱਚ ਸੀ ਸਾਡੀ ਕੌਮ ਅਜ ਰੁਲਦੀ ਨਾ ਏਸੀ ਕਰਕੇ ਮੈਂ ਇੱਕ ਕੋਸ਼ਿਸ਼ ਆਪ ਜੀ ਦੇ ਚਰਨਾਂ ਸਾਹਮਣੇ ਕਰਨੀ ਚਾਹੁੰਨਾ ਵੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਨੇ ਜੋ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਸਿੱਖਾਂ ਨੇ ਉਹ ਕੀਤਾ ਉਸ ਸਿੱਖੀ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ ਆਪਣਾ ਆਪ ਵਾਰ ਕੇ ਉਹਨਾਂ ਨੇ ਹਮੇਸ਼ਾ ਦੇ ਹਮੇਸ਼ਾ ਵਾਸਤੇ ਆਪਣੇ ਆਪ ਨੂੰ ਜਿਉਂਦਾ ਕਰ ਦਿੱਤਾ ਹੈ ਸੱਚ ਸੀ ਇਹ ਸੀ ਇਤਿਹਾਸ ਦੀ ਉਹ ਵਿਚਾਰ ਆਪਾਂ ਜਿਹੜੀ ਆਪ ਨਾਲ ਸਾਂਝੀ ਕਰਨੀ ਹੈ ਇਸੇ ਕਰਕੇ ਹੀ ਕੁਝ ਕੋ ਪੰਨੇ ਇਤਿਹਾਸ ਦੇ ਸਾਂਝੇ ਕਰਨੇ ਚਾਹੁੰਨਾ ਜੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਪਹਿਲਾਂ ਕਦੇ ਇਤਿਹਾਸ ਪੜ੍ਹ ਕੇ ਦੇਖਣਾ ਇਹ ਹਕੂਮਤ ਨੇ ਇਨਾ ਲੰਮਾ ਸਮਾਂ ਦੁਨੀਆ ਤੇ ਕਹਿਰ ਕੀਤਾ ਹੈ ਇਨਾ ਲੰਮਾ ਸਮਾਂ ਦੁਨੀਆ ਉੱਤੇ ਆਪਣੀ ਬਾਦਸ਼ਾਹੀ ਤੇ ਆਪਣੀ ਤਾਕਤ ਦੁਨੀਆ ਤੇ ਏਡੀ ਤਗੜੀ ਬਰਕਰਾਰ ਕਰਕੇ ਰੱਖ ਦਿੱਤੀ ਸੱਚੀ ਦੁਨੀਆ ਦੇ ਲੋਕ ਇੰਨੇ ਗੁਲਾਮ ਸਨ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਜਦੋਂ ਕਦੇ ਕੁਝ ਲੋਕ ਜਰਵਾਣੇ ਲੋਕ ਜਿਹੜੇ ਵੱਡੀਆਂ ਤਾਕਤਾਂ ਦੇ ਰਾਜਸੀ ਲੋਕ ਸਨ ਜਿਨੂੰ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਇੱਕ ਜ਼ਿਕਰ ਐਸਾ ਕਰਕੇ ਦੱਸਿਆ ਕਿ ਲੱਗੇ ਜਿਹੜੇ ਰਾਜੇ ਸੀ ਰਾਜੇਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੇ ਤਾਂ ਪਾਇਨ ਕਾਓ ਰਤ ਪਿਤ ਕੁੱਥੇ ਉਹ ਚੱਟ ਜਾਓ ਇਹੋ ਜਿਹੇ ਜਰਵਾਣੇ ਜਦੋਂ ਰਾਜੇ ਦੁਨੀਆ ਤੇ ਆਏ ਸੀ ਨਾ ਇਹਨਾਂ ਨੇ ਕੌਮ ਦੀ ਦੁਨੀਆ ਨੂੰ ਇਹੋ ਜਿਹਾ ਛੱਟ ਮਾਰ ਕੇ ਗੁਲਾਮ ਕੀਤਾ ਇਕ ਕੌਮ ਸਦਾ ਵਾਸਤੇ ਗੁਲਾਮ ਦੀ ਗੁਲਾਮ ਕਈ ਤਰ੍ਹਾਂ ਦੇ ਲੋਕ ਕਰ ਛੜੇ ਪਰ ਗੁਰੂ ਨਾਨਕ ਸਾਹਿਬ ਜਦੋਂ ਆ ਕੇ ਆਖਿਆ ਉਹ ਉਹ ਜ਼ਾਲਮ ਲੋਕੋ ਤੁਸੀਂ ਇਹਨਾਂ ਵਿਚਾਰਿਆਂ ਦਾ ਕਿਉਂ ਖੂਨ ਵਹਾਉਂਦੇ ਹੋ ਇਹ ਵੀ ਤਾਂ ਇਨਸਾਨ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਆਖਿਆ ਉਹ ਬਾਬਰਾ ਤੂੰ ਜ਼ਾਬਰ ਹੈ ਤੂੰ ਜ਼ਾਬਰ ਹੈ ਤੂੰ ਜ਼ਬਰ ਕਰ ਰਿਹਾ ਹੈ ਆ ਦੇਖ ਵਿਚਾਰੇ ਕਿੰਨੇ ਲੋਕ ਤੂੰ ਜੇਲਾਂ ਵਿੱਚ ਬੰਦ ਕੀਤੇ ਹੋਏ ਨੇ ਕਿੰਨੇ ਲੋਕ ਤੂੰ ਵਿਚਾਰੇ ਇਹਨੇ ਮਾਸੂਮ ਬੱਚੇ ਬਜ਼ੁਰਗ ਨੌਜਵਾਨ ਬਿਸਤਰੀਆਂ ਬੱਚੀਆਂ ਤੂੰ ਗੁਲਾਮ ਬਣਾਈਆਂ ਹੋਈਆਂ ਨੇ ਕਿਉਂ ਬਣਾਈਆਂ ਇਹਨਾਂ ਤੇਰਾ ਕੀ ਵਿਗਾੜਿਆ ਅਸਲ ਵਿੱਚ ਬਾਬਰ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ 1521 ਚ ਏਮਨਾਬਾਦ ਦੀ ਧਰਤੀ ਤੇ ਜਾਬਰ ਕਿਹਾ ਸੀ ਨਾ ਉਸ ਵੇਲੇ ਬਾਬਰ ਅੱਗ ਵਰਗਾ ਹੋ ਗਿਆ ਵੀ ਹੁਣ ਤੱਕ ਕਿਹੜਾ ਆ ਗਿਆ ਮੈਨੂੰ ਤੇ ਸਾਰੇ ਤਾਂ ਹੁਣ ਤੱਕ ਮੇਰੇ ਅੱਗੇ ਸਿਰ ਝੁਕਾਉਂਦੇ ਆਏ ਆ ਕਿਹੜਾ ਆ ਗਿਆ ਜਿਹੜਾ ਮੈਨੂੰ ਆ ਕੇ ਜਾਬਰ ਕਹਿਣ ਲੱਗਾ ਗੁੱਸੇ ਵਿੱਚ ਆਏ ਬਾਬਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜੇਲ੍ਹ ਵਿੱਚ ਬੰਦ ਕਰਤਾ ਵੀ ਤੂੰ ਕੌਣ ਹੁੰਨਾ ਮੈਨੂੰ ਇਹ ਜਾਬਰ ਕਹਿਣ ਵਾਲਾ ਸੱਚ ਸੀ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਮੈਨੂੰ ਜੇ ਲੋਚ ਬੰਦ ਕਰ ਸਕਦਾ ਹੈ ਪਰ ਇਸ ਹੱਕ ਤੇ ਸੱਚ ਦੀ ਆਵਾਜ਼ ਨੂੰ ਕਦੇ ਬੰਦ ਨਹੀਂ ਕਰ ਸਕਦਾ ਇਹ ਹੱਕ ਤੇ ਸੱਚ ਦੀ ਆਵਾਜ਼ ਹਮੇਸ਼ਾ ਵਾਸਤੇ ਉੱਚੀ ਰਹੇਗੀ ਤੇ ਹਮੇਸ਼ਾ ਵਾਸਤੇ ਬਰਕਰਾਰ ਰਹੇਗੀ ਕਿੰਨਾ ਕੁ ਸਮਾਂ ਇਸ ਹੱਕ ਹੱਜ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਪਰ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਬਾਰ ਬਾਰ ਨੂੰ ਕਹੀ ਬਾਰ ਜੇ ਇਸ ਹੱਕ ਤੇ ਸੱਚ ਦੀ ਆਵਾਜ਼ ਨੂੰ ਦਫਨਾਏਗਾ ਨਾ ਇੱਕ ਗੱਲ ਤੇ ਫਿਰ ਪੱਕੀ ਪੱਲੇ ਬੰਨ੍ਹ ਲਈ ਜਿੰਨਾ ਦਬਾਏਗਾ ਉਹਨੇ ਵਦ ਨਹੀਂ ਇਹਨੇ ਇਹਨੂੰ ਜਿੰਨਾ ਦਬਾਏਗਾ ਇਸ ਹੱਕ ਦੇ ਹੱਕ ਤੇ ਸੱਚ ਦੀ ਆਵਾਜ਼ ਨੇ ਉਹਨਾਂ ਤਾਂ ਭੰਬੜ ਬਣ ਕੇ ਉੱਚਣਾ ਤੇ ਜਦੋਂ ਉੱਚੀ ਉੱਠ ਗਈ ਨਾ ਇਸ ਆਵਾਜ਼ ਨੇ ਤੇ ਤੂੰ ਮੁੜ ਕੇ ਉਸ ਵੇਲੇ ਦੁਨੀਆ ਚ ਲੱਭਣਾ ਨਹੀਂ ਜਦੋਂ ਇਹ ਲੋਕ ਜਾਗਰੂਕ ਹੋ ਗਏ ਲੋਕ ਸਿਆਣੇ ਹੋ ਗਏ ਲੋਕ ਦੁਨੀਆ ਚ ਸਮਝਦਾਰ ਹੋ ਗਏ ਫਿਰ ਤੇਰੀ ਗੁਲਾਮੀ ਤੋਂ ਨਿਕਲ ਜਾਣਗੇ ਪਰ ਸਮਾਂ ਐਸਾ ਆਇਆ ਬਾਬਰ ਨੂੰ ਸੱਚੀਆਂ ਸੁਣਾਈਆਂ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸੱਚ ਸੀ ਉਹਨੇ ਗੱਲ ਕਹੀ ਕਹਿ ਲੱਗਾ ਗੁਰੂ ਨਾਨਕ ਸਾਹਿਬ ਕੋਈ ਗੱਲ ਨਹੀਂ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਮੇਰੇ ਵਰਗਾ ਬਾਦਸ਼ਾਹ ਦੁਨੀਆ ਵਿੱਚ ਆਏਗਾ ਤਾਂ ਸੱਚ ਸੀ ਮੈਂ ਕਿਸੇ ਨੂੰ ਆਪਣੇ ਤੋਂ ਉੱਚਾ ਨਹੀਂ ਹੋਣ ਦੇਵਾਂਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਬਾਅਦ ਜਦੋਂ 1539 ਵਿੱਚ ਗੁਰੂ ਅੰਗਦ ਪਾਤਸ਼ਾਹ ਤਖਤ ਤੇ ਬੈਠ ਗਏ ਤੇ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਜਦੋਂ ਬੱਚਿਆਂ ਦੀਆਂ ਕਲਾਸਾਂ ਲਾਈਆਂ ਉਥੇ ਮਲ ਅਖਾੜੇ ਲਾਏ ਸਾਡੀ ਕੌਣ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਅਸੀਂ ਤਾਂ ਬਾਹਰ ਦੀਆਂ ਹੋਰ ਤਰ੍ਹਾਂ ਬਣਾਈਆਂ ਹੋਈਆਂ ਸੁਸਾਇਟੀਆਂ ਬਾਹਰ ਦੀਆਂ ਬਣਾਈਆਂ ਬਣੀਆਂ ਹੋਈਆਂ ਦੁਨੀਆ ਦੀਆਂ ਸਭ ਜਿਹੜੀਆਂ ਯੂਨੀਵਰਸਿਟੀਆਂ ਕਾਲਜਾਂ ਪੁਰਾਣੇ-ਪੁਰਾਣੇ ਤੋਂ ਕਾਲਜ ਬੱਚਿਆਂ ਨੂੰ ਯਾਦ ਹੋ ਗਏ ਪਰ ਅਜੇ ਤੱਕ ਪਤਾ ਲੱਗਾ ਕਿ ਸਭ ਤੋਂ ਪਹਿਲੀ ਸਪੋਰਟਸ ਅਕੈਡਮੀ ਜਿਹੜੀ ਹੈ ਉਹ ਕਿੱਥੇ ਸ਼ੁਰੂ ਹੋਈ ਪਰ ਸਾਡੀ ਕੌਣ ਨੂੰ ਪਤਾ ਹੀ ਨਹੀਂ ਲੱਗਾ